ਮੇਰੇ ਨਾ ਨਾਨਾ ਜੀ ਨੂੰ ਪ੍ਰੋਬਲਮ ਸੀਗੀ ਪੱਥਰੀ ਦੀ, ਪਿੱਤੇ ਦੇ ਵਿੱਚ ਪੱਥਰੀ ਸੀਗੀ ਉਹਨਾਂ ਦੀ। ਸਾਨੂੰ ਕਿਸੇ ਨੇ ਰੈਫਰੈਂਸ ਦਿੱਤੀ ਇੱਥੇ ਸਟਾਰ ਹੋਸਪਿਟਲ ਦੀ, ਉਹਨਾਂ ਨੇ ਸਾਨੂੰ ਸਰਜਰੀ ਦੀ ਸੁਜੈਸ਼ਨ ਦਿੱਤਾ ਸੀਗਾ। ਉਸ ਤੋਂ ਬਾਅਦ ਹੁਣ ਇਹ ਬਿਲਕੁਲ ਤੰਦਰੁਸਤ ਨੇ, ਮਿਨੀਮਮ 2-3 ਡੇਜ਼ ਦੇ ਵਿੱਚ ਬਿਲਕੁਲ ਰਿਕਵਰ ਹੋ ਗਏ। ਮੈਂ ਟਾਂਡਾ ਸਿਟੀ ਤੋਂ ਬਿਲੋਂਗ ਕਰਦਾ ਹਾਂ, ਅਤੇ ਮੇਰੇ ਨਾ ਨਾਨਾ ਜੀ ਨੂੰ ਪ੍ਰੋਬਲਮ ਸੀਗੀ ਪੱਥਰੀ ਦੀ, ਪਿੱਤੇ ਦੇ ਵਿੱਚ ਪੱਥਰੀ ਸੀਗੀ ਉਹਨਾਂ ਦੀ 2-3 ਸਾਲ ਤੋਂ। ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਸੀਗੀ, ਬਹੁਤ ਪਰੇਸ਼ਾਨ ਸੀਗੇ, ਅਤੇ ਸਾਨੂੰ ਕਿਸੇ ਨੇ ਰੈਫਰੈਂਸ ਦਿੱਤੀ ਇੱਥੇ ਸਟਾਰ ਹੋਸਪਿਟਲ ਦੀ, ਅਤੇ ਇੱਥੇ ਅਸੀਂ ਡਾਕਟਰ ਆਲੂਵਾਲੀਆ ਜੀ ਨੂੰ ਮਿਲੇ, ਅਤੇ ਉਹਨਾਂ ਨੇ ਸਾਨੂੰ ਸਰਜਰੀ ਦੀ ਸੁਜੈਸ਼ਨ ਦਿੱਤਾ ਸੀਗਾ, ਜੋ ਕਿ ਦੂਰਬੀਨ ਵਾਲੀ ਸਰਜਰੀ ਸੀਗੀ। ਅਤੇ ਉਸ ਤੋਂ ਬਾਅਦ ਹੁਣ ਇਹ ਬਿਲਕੁਲ ਤੰਦਰੁਸਤ ਨੇ, ਮਿਨੀਮਮ 2-3 ਡੇਜ਼ ਦੇ ਵਿੱਚ ਬਿਲਕੁਲ ਰਿਕਵਰ ਹੋ ਗਏ, ਅਤੇ ਨਾ ਹੀ ਕੋਈ ਕੱਟ ਲੱਗਿਆ ਜਾਂ ਕੁਛ ਵੀ ਇੱਦਾਂ ਦਾ ਨਹੀਂ, ਛੋਟੇ ਛੋਟੇ ਦੋ ਕੱਟ ਸੀਗੇ, ਅਤੇ ਹੁਣ ਬਿਲਕੁਲ ਠੀਕ ਹੈ। ਬਾਕੀ ਇੱਥੇ ਹੋਸਪਿਟਲ ਦਾ ਐਟਮੋਸਫੇਅਰ ਬਹੁਤ ਜ਼ਿਆਦਾ ਵਧੀਆ ਹੈ, ਸਟਾਫ ਸਾਰਾ ਬਹੁਤ ਕੋਪਰੇਟਿਵ ਆ, ਅਤੇ ਬਾਕੀ ਮੈਂ ਡਾਕਟਰ ਸਾਹਿਬ ਦਾ ਬਹੁਤ ਥੈਂਕ ਯੂ ਕਰਦਾ। ਜੇ ਕਿਸੇ ਨੂੰ ਵੀ ਇਹਦੇ ਰਿਗਾਰਡਿੰਗ ਇੱਦਾਂ ਦੀ ਕੋਈ ਪ੍ਰੋਬਲਮ ਹੈਗੀ ਆ, ਤਾਂ ਇੱਥੇ ਆਪਣਾ ਡਾਕਟਰ ਸਾਹਿਬ ਨੂੰ ਆ ਕੇ ਮਿਲ ਸਕਦੇ ਅਤੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਆ।